ਤੇ ਕਿੱਦਾਂ ਦੋਸਤੋ, ਹੋਪ ਕਰਦਾ ਤੋਂ ਸਾਰੇ ਵਧੀਆ ਹੋ ਗਏ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਲਮਾਨ ਖਾਨ ਨੇ ਸਿੱਧੂ ਮੂਸੇਵਾਲੇ ਬਾਈ ਦੇ ਬਾਰੇ ਕੀ ਗੱਲਬਾਤ ਕੀਤੀ। ਸਿੱਧੂ ਬਾਈ ਦੇ ਫਾਨਰ ਜੀ ਨੇ ਇੱਕ ਹੋਰ ਗਾਣੇ ਦੀ ਵੀਡੀਓ ਰਿਲੀਜ਼ ਕਰਨ ਬਾਰੇ ਕੁਝ ਹਿੰਟ ਦਿੱਤੇ ਨੇ, ਤੇ ਨਾਲ ਹਨੀ ਸਿੰਘ ਪਾਜੀ ਨੇ ਵੀ ਸਿੱਧੂ ਮੂਸੇਵਾਲੇ ਬਾਈ ਨੂੰ ਯਾਦ ਕੀਤਾ, ਉਹਦੀ ਵੀ ਗੱਲਬਾਤ ਕਰ ਲਾਂਗੇ। ਚਲੀਏ ਸ਼ੁਰੂ ਕਰਦੇ ਹੈਂ। ਸਭ ਨਾਲ ਪਹਿਲੇ ਆਪਾਂ ਡਿਸਕਸ ਕਰ ਲੈਂਦੇ ਹਾਂ ਰੀਸੈਂਟਲੀ ਇੱਕ ਹੋਰ ਇੰਡੀਆ ਦੇ ਓਵਰਆਲ ਸਪੋਟੀਫਾਈ ਆਰਟਿਸਟ ਦੀ ਲਿਸਟ ਸਾਹਮਣੇ ਆਈ, ਜਿਹਦੇ ਤੁਸੀਂ ਵੇਖ ਸਕਦੇ ਜੀ ਲਿਸਟ ਸਿੱਧੂ ਮੂਸੇਵਾਲੇ ਬਾਈ ਸੈਕਿੰਡ ਨੰਬਰ ਤੇ ਰੈਂਕ ਕਰ ਰਹੇ ਨੇ। ਓਵਰਆਲ ਇੰਡੀਆ ਦੀ ਗੱਲ ਹੋ ਰਹੀ, ਨੰਬਰ 3 ਤੇ ਦਿਲਜੀਤ ਦੋਸਾਂਝ, ਨੰਬਰ 6 ਤੇ ਹਨੀ ਸਿੰਘ ਪਾਜੀ, ਤੇ ਨੰਬਰ 9 ਤੇ ਬਾਦਸ਼ਾਹ ਰੈਂਕ ਕਰ ਰਹੇ ਨੇ। ਲੈਵਲ ਸਭ ਕੇ ਨਿਕਲੇਗੇ ਜੀ, ਪਰ ਇਹ ਤੇ ਤੁਸੀਂ ਇਹ ਨਾ ਵੇਖੋ ਕਿ ਕੌਣ ਕਿਹੜੇ ਨੰਬਰ ਤੇ ਰੈਂਕ ਕਰ ਰਿਹਾ, ਇੱਥੇ ਇਹ ਵੇਖੋ ਕਿਨੂੰ ਆਏ ਨੂੰ ਕਿੰਨਾ ਟਾਈਮ ਹੋਇਆ ਤੇ ਕਿਹੜਾ ਕਿਹੜੀ ਜਗ੍ਹਾ ਤੇ ਹੈਗਾ। ਇਹ ਹੋਈ ਨਾ ਬਾਤ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਦਿਲਜੀਤ ਦੋਸਾਂਝ ਹਨੀ ਸਿੰਘ ਪਾਜੀ ਤੇ ਬਾਦਸ਼ਾਹ ਨੂੰ ਇੰਡਸਟਰੀ ਚ ਆਇਆ 20 ਸਾਲ ਤੋਂ ਜ਼ਿਆਦਾ ਹੋਣ ਵਾਲੇ ਨੇ। ਯਾ ਉਹ ਹੁਣ ਟਾਪ 10 ਚ ਆਏ ਨੇ, ਬਟ ਸਿੱਧੂ ਬਾਈ 2017 ਚ ਆਏ, 5 ਸਾਲ ਐਕਟਿਵ ਰਹੇ ਮਿਊਜ਼ਿਕ ਇੰਡਸਟਰੀ ਚ, ਉਹ ਸੈਕਿੰਡ ਨੰਬਰ ਤੇ ਰੈਂਕ ਕਰ ਰਹੇ ਨੇ। ਸੋ ਇੱਥੋਂ ਵੇਖੋ ਕਿ ਉੱਤੇ ਕੌਣ ਹੈ। ਜਲਵਾ ਹੈ ਹਮਾਰਾ ਟਾਪ ਦੀ ਉੱਤੇ ਲੱਖਾਂ ਤੇ ਹਜ਼ਾਰਾਂ ਵਿੱਚੋਂ ਨੀ। ਇਹਦੇ ਨਾਲ ਹੀ ਮੋਸਟ ਸਟ੍ਰੀਮ ਆਰਟਿਸਟ ਦੀ ਵੀ ਇੱਕ ਲਿਸਟ ਸ਼ੇਅਰ ਕੀਤੀ ਗਈ, ਜਿਹਦੇ ਤੁਸੀਂ ਵੇਖ ਸਕਦੇ ਜੇ ਕਿ ਓਵਰਆਲ ਸਪੋਟੀਫਾਈ ਤੇ ਇੰਡੀਆ ਦੇ ਮੋਸਟ ਸਟ੍ਰੀਮਡ ਆਰਟਿਸਟ ਜਿਹੜੇ ਹੈਗੇ ਨੇ ਉਹਨਾਂ ਵਿੱਚ ਵੀ ਹਿਪ ਹੌਪ ਜੋਨਰ ਦੇ ਆਰਟਿਸਟ ਆ, ਜੋ ਸਿੱਧੂ ਮੂਸੇਵਾਲੇ ਬਾਈ ਨੰਬਰ 1 ਤੇ ਤੇ ਸ਼ੁਭ ਬਾਈ ਨੰਬਰ 5 ਤੇ ਰੈਂਕ ਕਰ ਰਹੇ ਨੇ ਵਿਦ ਓਨਲੀ 21 ਟ੍ਰੈਕਸ, ਯਾਨੀ ਕਿ 21 ਗਾਣੇ ਨੇ, ਸ਼ੁਭ ਟਾਪ 5 ਦੇ ਵਿੱਚ ਆ ਗਏ ਨੇ। ਹੁਣ ਸਿੱਧੂ ਮੂਸੇਵਾਲੇ ਬਾਈ ਦੀ ਇੱਕ ਅਨਸੀਨ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ। ਸਿੱਧੂ ਬਾਈ ਰੋਲਸ ਰੋਇਸ ਫੈਂਟਮ ਵਿੱਚ ਬੈਠਿਆ ਤੇ ਲੋਕ ਇਹ ਅੰਦਾਜ਼ਾ ਲਾ ਰਹੇ ਨੇ ਇਹ ਸਿੱਧੂ ਬਾਈ ਦੇ ਅਪਕਮਿੰਗ ਫੈਂਟਮ ਸੌਂਗ ਦੀ ਕੋਈ ਵੀਡੀਓ ਦਾ ਲੀਕ ਸੀਨ ਹੈਗਾ। ਬਟ ਇੱਥੇ ਇੱਕ ਕਲੀਅਰ ਕਰ ਦੇਵਾਂ, ਸਿੱਧੂ ਮੂਸੇਵਾਲੇ ਬਾਈ ਨੇ ਆਪਣੀ ਇੰਸਟਾਗ੍ਰਾਮ ਤੇ ਸੇਮ ਇਹ ਰੀਲ ਦੇ ਟਾਈਮ ਦਾ ਫੋਟੋ ਸ਼ੂਟ ਸ਼ੇਅਰ ਕੀਤਾ ਸੀ, ਸੋ ਮੈਂ ਵੀ ਇਹ ਰੀਲ ਵੀ ਉਦੋਂ ਬਣਾਈ ਹੋਵੇ। ਕੁਝ ਵੀ ਹੋ ਸਕਤਾ ਯਾਰ। ਹੁਣ ਆਪਾਂ ਰੈਸਲ ਗ੍ਰੇਟ ਕਰੀ ਤੇ ਸਿੱਧੂ ਮੂਸੇਵਾਲੇ ਬਾਈ ਦੇ ਲੈਵਲ ਦੀ ਗੱਲ ਕਰ ਲਈਏ ਤੇ ਰੀਸੈਂਟਲੀ ਪੋਡਕਾਸਟ ਦੀ ਕਲਿੱਪ ਬੜੀ ਇੰਸਟਾਗ੍ਰਾਮ ਤੇ ਚੱਲ ਰਹੀ, ਹਰ ਬੰਦੇ ਨੇ ਸਟੋਰੀਆਂ ਲਾਈ ਜਾਂਦੇ ਸਿੱਧੂ ਮੂਸੇਵਾਲੇ ਬਾਈ ਨੂੰ ਦੀ ਗ੍ਰੇਟ ਕਲੀ ਪ੍ਰੇਜ਼ ਕਰ ਰਹੇ ਨੇ। ਵਾਓ, ਇਥੇ ਇੰਟਰਵਿਊ ਉਹਨਾਂ ਕੋ ਪੁੱਛਦਾ ਕਿ ਤੁਹਾਡਾ ਫੇਵਰਿਟ ਆਰਟਿਸਟ ਕੌਣ ਹੈ ਤੇ ਦੀ ਗ੍ਰੇਟ ਕਲੀ ਕਹਿੰਦੇ ਨੇ ਕਿ ਸਿੱਧੂ ਮੂਸੇਵਾਲਾ। ਫੇਵਰਿਟ ਆਰਟਿਸਟ ਕੌਣ ਹੈ ਆਪਕਾ? ਸਿੱਧੂ ਮੂਸੇਵਾਲਾ। ਇੰਟਰਵਿਊਰ ਕਹਿੰਦਾ ਕਿ ਕਰਨ ਔਜਲਾ ਤੇ ਦਿਲਜੀਤ ਦੋਸਾਂਝ ਵੀ ਹੈਗੇ ਨੇ। ਕਰਨ ਔਜਲਾ, ਦਿਲਜੀਤ ਦੋਸਾਂਝ। ਬਟ ਇਥੇ ਗ੍ਰੇਟ ਕਲੀ ਪਾਜੀ ਕਹਿੰਦੇ ਨੇ ਇਹ ਠੀਕ ਹੈਗੇ ਨੇ, ਪਰ ਹਰ ਬੰਦੇ ਦਾ ਇੱਕ ਲੈਵਲ ਹੁੰਦਾ ਹੈ। ਇਹ ਠੀਕ ਹੈ, ਮਤਲਬ ਹਰ ਬੰਦੇ ਦਾ ਇੱਕ ਲੈਵਲ ਹੁੰਦਾ ਹੈ। ਐਕਸਟਰਾ ਆਰਡੀਨਰੀ ਲੈਵਲ ਉਹ ਸਿਰਫ ਸਿੱਧੂ ਮੂਸੇਵਾਲੇ ਦਾ ਹੈ। ਐਕਸਟਰਾ ਆਰਡੀਨਰੀ ਲੈਵਲ ਹੈ ਉਹ ਤੋਂ ਸਿੱਧੂ ਬਾਤ। ਤੇ ਤੁਸੀਂ ਇੱਥੇ ਵੇਖੋ ਕਿ ਗ੍ਰੇਟ ਕਲੀ ਇੰਟਰਨੈਸ਼ਨਲ ਰੈਸਲਰ ਨੇ, ਇੰਡੀਆ ਨੂੰ ਵਰਲਡ ਵਾਈਡ ਰਿਪ੍ਰੈਜ਼ੈਂਟ ਕਰਦੇ ਨੇ, ਤੇ ਵੱਡੇ ਅਣਖਾਂ ਵਾਲੇ ਕੱਦ ਕਾਠ ਵਾਲੇ ਬੰਦੇ ਸਿੱਧੂ ਦੇ ਫੈਨ ਨੇ। ਬਾਤ ਸਹੀ ਹੈ। ਹੁਣ ਆਪਾਂ ਹਨੀ ਸਿੰਘ ਪਾਜੀ ਤੇ ਸਿੱਧੂ ਮੂਸੇਵਾਲੇ ਬਾਈ ਦੀ ਗੱਲ ਕਰ ਲਈਏ ਤੇ ਰੀਸੈਂਟਲੀ ਹੋਇਆ ਹਨੀ ਸਿੰਘ ਨੇ ਆਪਦੀ ਇੰਸਟਾਗ੍ਰਾਮ ਸਟੋਰੀ ਤੇ ਸਿੱਧੂ ਮੂਸੇਵਾਲੇ ਬਾਈ ਦੀ ਗੋਲਡ ਟਰੈਕ ਸੋਹਣੇ ਲੱਗਦੇ ਨੂੰ ਸ਼ੇਅਰ ਕੀਤਾ ਹੈ। ਇਹ ਸਟੋਰੀ ਚ ਹਨੀ ਸਿੰਘ ਪਾਜੀ ਗੱਡੀ ਚ ਜਾ ਰਹੇ ਨੇ, ਤੁਸੀਂ ਗੱਡੀ ਦੀ ਫਰੰਟ ਸੀਲਿੰਗ ਸਟਿੱਕਰ ਤੇ ਵੀ ਸਿੱਧੂ ਮੂਸੇਵਾਲੇ ਬਾਈ ਨੂੰ ਵੇਖ ਸਕਦੇ ਨੇ ਜੀ। ਇੱਥੇ ਸਿੱਧੂ ਬਾਈ ਦਾ ਲੋਗੋ ਵੀ ਹੈ, ਸਿੱਧੂ ਮੂਸੇਵਾਲਾ ਵੀ ਲਿਖਿਆ ਤੇ ਉੱਤੇ ਟਰੈਕ ਵੀ ਸਿੱਧੂ ਮੂਸੇਵਾਲੇ ਨੀ ਲੱਗੀ। ਤੇ ਇਹ ਟਰੈਕ ਹਨੀ ਸਿੰਘ ਪਾਜੀ ਦੀ ਫੇਵਰਿਟ ਵੀ ਹੈ, ਕਿਉਂਕਿ ਉਹਨਾਂ ਨੇ ਕਰ ਇੰਸਟਾਗ੍ਰਾਮ ਲਾਈਵ ਦੇ ਵਿੱਚ ਕਿਹਾ ਸੀ ਸਿੱਧੂ ਮੂਸੇਵਾਲਾ ਲਾ ਦੋ। ਹੁਣੇ ਲਾਣੇ ਸਿੱਧੂ ਮੂਸੇਵਾਲਾ ਕਿਹੜਾ ਗੀਤ ਲਾਉਂਦੇ ਦੱਸ, ਮੈਨੂੰ ਉਹਦਾ ਇਹ ਗਾਣਾ ਪਸੰਦ। ਵਾਟ ਆ ਲਿਰਿਕਸ, ਵਾਟ ਆ ਕੰਪੋਜੀਸ਼ਨ, ਵਾਟ ਆ ਪ੍ਰੋਡਕਸ਼ਨ ਭਾਈ, ਪੁੱਠੇ ਪੁੱਟ ਦੋ ਕਿ ਮੈਂ ਬੰਦ ਪੁੱਟ ਗਿਆ ਰਾਵੇ। ਤੇ ਜਦੋਂ ਹਨੀ ਸਿੰਘ ਪਾਜੀ ਤੇ ਸਿੱਧੂ ਮੂਸੇਵਾਲੇ ਦੀ ਗੱਲ ਹੋ ਰਹੀ ਤੇ ਇੱਕ ਹੋਰ ਗੱਲ ਕਰਨਾ ਕਿ ਸਿੱਧੂ ਮੂਸੇਵਾਲੇ ਤੇ ਹਨੀ ਸਿੰਘ ਦੇ ਇੰਸਟਾਗ੍ਰਾਮ ਤੇ ਫਾਲੋਅਰ ਰੈਂਕ ਸੇਮ ਹੋ ਗਿਆ, ਦੋਨਾਂ ਦਾ ਫਾਲੋਅਰ ਕਾਊਂਟ ਇੱਕੋ ਜਿੰਨਾ ਹੋ ਗਿਆ। ਹਨੀ ਸਿੰਘ ਪਾਜੀ ਦੇ ਵੀ 15.5 ਮਿਲੀਅਨ ਪਲੱਸ ਇੰਸਟਾਗ੍ਰਾਮ ਫਾਲੋਅਰ ਨੇ ਤੇ ਸਿੱਧੂ ਮੂਸੇਵਾਲੇ ਦੇ ਵੀ 15.5 ਮਿਲੀਅਨ ਪਲੱਸ ਇੰਸਟਾਗ੍ਰਾਮ ਫਾਲੋਅਰ ਨੇ। ਗੁੱਡ ਹੋ ਗਿਆ ਜੀ। ਸੋ ਦੋਨੋਂ ਐਟ ਅ ਸੇਮ ਟਾਈਮ ਸੇਮ ਨੰਬਰ ਤੇ ਰੈਂਕ ਕਰ ਰਹੇ ਨੇ। ਵਾਹ ਪਰ ਕਰਨ ਔਜਲਾ ਬਾਈ ਦੇ ਨਿਊ ਪ੍ਰੋਜੈਕਟਸ ਦੀ ਗੱਲ ਕਰ ਰਹੇ ਜੋ ਕਿ ਇਹੀ ਮੰਥ ਦੇ ਮਿਡ ਤੱਕ ਪੋਸਿਬਿਲਿਟੀਜ਼ ਨੇ ਕਿ ਰਿਲੀਜ਼ ਹੋਣਗੇ। ਕਰਨ ਔਜਲਾ ਬਾਈ ਨੇ ਰੀਸੈਂਟਲੀ ਇੰਸਟਾਗ੍ਰਾਮ ਤੇ ਸਟੋਰੀਆਂ ਲਾ ਕੇ ਦੱਸਿਆ ਵੇਟ ਫਾਰ ਇਟ ਤੇ ਲੋਡਿੰਗ ਦੇ ਹਿੰਟਸ ਲਾਏ ਨੇ।
ਆ ਗਿਆ ਬਾਬੇ। ਨਾਲ ਹੀ ਸ਼ੁਭ ਭਾਈ ਦੇ ਪ੍ਰੋਜੈਕਟਸ ਦੀ ਗੱਲ ਕਰ ਲਿੱਤੀ, ਜਿਵੇਂ ਕਿ ਮੈਂ ਕਾਫੀ ਦੇਰ ਤੋਂ ਪਿਛਲੀ ਵੀਡੀਓ ਦੱਸ ਰਿਹਾ ਕਿ ਸ਼ੁਭ ਭਾਈ ਦੀ ਐਲਬਮ ਜਾਂ ਈਪੀ ਇਹੀ ਮੰਥ ਰਿਲੀਜ਼ ਹੋਏਗੀ, ਬਟ ਮੈਂ ਇੱਕ ਥੋੜ੍ਹੀ ਜਿਹੀ ਤੁਹਾਡੇ ਕੋਲ ਕਰੈਕਸ਼ਨ ਕਰਨਾ ਚਾਹੁੰਦਾ, ਅਪੋਲੋਜੀ ਹੈ, ਤੁਹਾਨੂੰ ਥੋੜ੍ਹਾ ਜਿਹਾ ਹੋਰ ਇੰਤਜ਼ਾਰ ਕਰਨਾ ਪਏਗਾ, ਵੇਟ ਥੋੜ੍ਹਾ ਜ਼ਿਆਦਾ ਹੈ, ਕਿਉਂਕਿ ਸ਼ੁਭ ਭਾਈ ਇਸ ਟਾਈਮ ਨੈਕਸਟ ਲੈਵਲ ਦੀ ਐਕਸਟਰਾ ਆਰਡੀਨਰੀ ਚੀਜ਼ਾਂ ਤਿਆਰ ਕਰ ਰਹੇ ਨੇ। ਸ਼ਾਂਤ ਸ਼ਾਂਤ ਹੋ ਜਾ ਮੇਰੇ ਬੱਚੇ, ਸ਼ਾਂਤ। ਮਤਲਬ ਗਾਣੇ ਜਿਹੜੇ ਉਹ ਤਿਆਰ ਕਰ ਰਹੇ ਨੇ ਉਹ ਬਹੁਤ ਹੀ ਕੁਆਲਿਟੀ ਵਾਲੇ ਤੇ ਅੱਤ ਕੈਟ ਟੈਪ ਦੇ ਹੈਗੇ ਨੇ। ਓ ਐਸਾ ਹੈ ਕਿਆ ਜੀ? ਸੋ ਉਹ ਸਾਰੇ ਪ੍ਰੋਸੈਸ ਤੇ ਥੋੜਾ ਟਾਈਮ ਲੱਗ ਰਿਹਾ, ਟਾਈਮ ਥੋੜਾ ਐਕਸਟੈਂਡ ਹੋ ਗਿਆ। ਤੁਮੇ ਕੈਸੇ ਪਤਾ ਚਲਾ? ਕੱਲ ਰਾਤ ਵੀ ਮੇਰੀ ਸ਼ੁਭ ਭਾਈ ਨਾਲ ਗੱਲ ਹੋਈ, ਬਟ ਉਹ ਚੀਜ਼ਾਂ ਰਿਵੀਲ ਤਾਂ ਨਹੀਂ ਕਰ ਸਕਦੇ, ਲੇਕਿਨ ਇਹਨਾਂ ਕੋ ਹਿੰਟ ਦੇਣਾ ਕਿ ਹੁਣ ਜੋ ਚੀਜ਼ਾਂ ਆਣੀਆਂ ਉਹ ਬਹੁਤ ਹੀ ਨੈਕਸਟ ਲੈਵਲ ਨੇ, ਬਹੁਤ ਜ਼ਿਆਦਾ ਵੀ ਹੋ ਸਕਦੀਆਂ ਨੇ, ਜਿਵੇਂ ਕਿ ਤੁਸੀਂ ਇੱਕ ਕਲਿੱਪ ਤੋਂ ਅੰਦਾਜ਼ਾ ਲਾਓ। ਹੁਣ ਆਪਾਂ ਸਿੱਧੂ ਮੂਸੇ ਵਾਲੇ ਬਾਈ ਦੇ ਫਾਦਰ ਜੀ ਨੇ ਉਹਨਾਂ ਦੀ ਇੱਕ ਅਪਕਮਿੰਗ ਸੌਂਗ ਦੀ ਵੀਡੀਓ ਰਿਲੀਜ਼ ਕਰਨ ਬਾਰੇ ਹਿੰਟ ਦਿੱਤੇ ਨੇ, ਉਹਦੀ ਗੱਲ ਕਰ ਲਈਏ। ਪ੍ਰੋਡਿਊਸ ਕੀਤਾ ਗਿਆ ਸੀ ਵੈਸਟਰਨ ਪੇਂਡੂਸ ਦੇ ਵੱਲੋਂ, ਤੇ ਮਿਸਟਰ ਡੀ ਬਾਈ ਹੁਣ ਵੈਸਟਰਨ ਪੇਂਡੂ ਕਰੋ ਤੋਂ ਅਲੱਗ ਹੋ ਗਏ ਨੇ। ਇਹ ਟਰੈਕ ਦੇ ਵਿੱਚ ਗੁਰਜੇਜ ਅਖਤਰ ਦੀ ਫੀਚਰ ਹੈ। ਇਹ ਗਾਣਾ ਸਿੱਧੂ ਮੂਸੇ ਵਾਲੇ ਬਾਈ ਦੇ ਫਾਦਰ ਜੀ ਨੂੰ ਵੀ ਬੜਾ ਪਸੰਦ ਹੈ, ਤੇ ਉਹਨਾਂ ਨੇ ਕਿਹਾ ਕਿ ਇਹ ਗਾਣੇ ਦੀ ਆਪਾਂ ਵੀਡੀਓ ਬਣਾ ਕੇ ਰਿਲੀਜ਼ ਕਰਾਂਗੇ ਬੜੀ ਜਲਦੀ। ਗਾਣਾ ਸਿੱਧੂ ਦੇ ਬਾਪੂ ਜੀ ਨੂੰ ਬਹੁਤ ਪਸੰਦ ਸੀ, ਉਹ ਹੁਣ ਕਹਿੰਦੇ ਵੀਡੀਓ ਕਰਨ ਬੈਕ ਟੂ ਬੈਕ ਉਹਨਾਂ ਦੇ ਗਾਣੇ ਛੱਡਦੇ ਰਵਾਂਗੇ, ਸਾਡੇ ਕੋਲ ਕਾਫੀ ਮੈਟਰ ਪਿਆ। ਔਰ ਐਂਡ ਤੇ ਆਪਾਂ ਸਿੱਧੂ ਮੂਸੇ ਵਾਲੇ ਬਾਈ ਦਾ ਸਲਮਾਨ ਖਾਨ ਦੀ ਗੱਲ ਕਰਨੀ। ਇਰਸ਼ਾਦ ਇਰਸ਼ਾਦ ਰੀਸੈਂਟਲੀ ਵਰਿੰਦਰ ਕੁਮਨ ਬੋਡੀ ਬਿਲਡਰ ਦਾ ਇੰਟਰਵਿਊ ਇੱਕ ਲਾਈਵ ਹੋਇਆ, ਅੱਛਾ, ਜਿਹਦੇ ਚੋਂ ਸਲਮਾਨ ਖਾਨ ਤੇ ਸਿੱਧੂ ਮੂਸੇ ਵਾਲੇ ਬਾਈ ਦੀ ਗੱਲਾਂ ਕਰ ਰਹੇ ਨੇ। ਸਲਮਾਨ ਸਿੱਧੂ ਮੂਸੇ ਵਾਲੀ ਦੀਆਂ ਗੱਲਾਂ ਹੋਣ ਲੱਗ ਪਈਆਂ, ਤੁਹਾਡੇ ਚੋਂ ਬਾਲਿਆਂ ਨੂੰ ਪਤਾ ਹੋਣਾ, ਜਿਨ੍ਹਾਂ ਨਹੀਂ ਪਤਾ ਉਹਨਾਂ ਨੂੰ ਕਲੀਅਰ ਕਰਦੇ ਆ ਕਿ ਵਰਿੰਦਰ ਕੁਮਨ ਬਾਈ ਇੰਟਰਨੈਸ਼ਨਲ ਲੈਵਲ ਦੇ ਬੋਡੀ ਬਿਲਡਰ ਨੇ, ਤੇ ਸਲਮਾਨ ਖਾਨ ਬਾਈ ਦੇ ਨਾਲ ਟਾਈਗਰ 3 ਮੂਵੀ ਦੇ ਵਿੱਚ ਵੀ ਇਹ ਕੰਮ ਕਰ ਚੁੱਕੇ ਨੇ। ਸਲਮਾਨ ਖਾਨ ਨਾਲ ਦੀ ਫਿਲਮ ਕੀਤੀ ਬਾਈ ਟਾਈਗਰ 3? ਸਲਮਾਨ ਮੈਨੂੰ 2010 ਪਹਿਲੀ ਵਾਰੀ ਸੀ ਮੈਂ ਮਿਲਿਆ। ਅਨਮੋਲ ਕੁਆਤਰਾ ਬਾਈ ਦੇ ਇੰਟਰਵਿਊ 'ਚ ਵਰਿੰਦਰ ਕੁਮਨ ਬਾਈ ਨੇ ਇਹ ਦੱਸਿਆ ਕਿ ਜਦੋਂ ਮੈਂ ਸਲਮਾਨ ਖਾਨ ਨਾਲ ਸੈਟਸ ਤੇ ਟ੍ਰੇਨਿੰਗਸ ਤੇ ਹੁੰਦਾ ਸੀ ਤਾਂ ਉਦੋਂ ਅਸੀਂ ਗੱਲਾਂ ਬਾਤਾਂ ਕਰਦੇ ਸੀ, ਮੈਗਾ ਸਟਾਰ ਆਫ ਇੰਡੀਅਨ ਇੰਡਸਟਰੀ, ਗੱਲਾਂ ਬਾਤਾਂ ਕੀਤੀਆਂ ਕਿਤੇ ਉਹਨਾਂ ਨਾਲ ਬਹੁਤ, ਅਸੀਂ ਟ੍ਰੇਨਿੰਗ ਸੈਸ਼ਨਸ ਬਹੁਤ ਕੀਤੇ ਤੇ ਗੱਲਾਂ ਦੇ ਵਿੱਚ ਜਦੋਂ ਅਸੀਂ ਗਾਣੇ ਗੁਣੇ ਸੁਣਦੇ ਸੀ ਤਾਂ ਸਲਮਾਨ ਖਾਨ ਸਿੱਧੂ ਮੂਸੇ ਵਾਲੇ ਬਾਈ ਦੇ ਬਾਰੇ ਵੀ ਮੇਰੇ ਕੋਲ ਪੁੱਛਦੇ ਸੀ ਕੀ ਗੱਲਾਂ ਕਰਦੇ ਸੀ। ਕੁਝ ਸਿੱਧੂ ਮੂਸੇ ਵਾਲੀ ਦੀਆਂ ਗੱਲਾਂ ਹੋਣ ਲੱਗ ਪਈਆਂ ਗਾਣੇ ਗੁਣੇ ਸੁਣਦੇ ਪਏ ਸੀ ਅਸੀਂ, ਕਿਉਂਕਿ ਸਿੱਧੂ ਮੂਸੇ ਵਾਲੇ ਬਾਈ ਨਾਲ ਦੀ ਮੋਸਟ ਸਟੇਪ ਦੀ ਮਾਲਵਾ ਬਲੌਕ ਟਰੈਕ ਦੇ ਵਿੱਚ ਸਲਮਾਨ ਖਾਨ ਨੂੰ ਸ਼ਾਊਟ ਆਊਟ ਵੀ ਦਿੱਤਾ ਸੀ ਇੰਡਸਟਰੀ 'ਚ ਠੁੱਕ ਸਲਮਾਨ ਵਰਗੀ। ਸੋ ਇਹ ਤੇ ਕਨਫਰਮ ਹੈ ਕਿ ਜਿੱਥੇ ਵੀ ਵੱਡੇ ਸੈਲੈਬ੍ਰਿਟੀ ਵੱਡੇ ਹਾਈ ਲੈਵਲ ਬੰਦੇ ਇਕੱਠੇ ਹੁੰਦੇ ਹਨ ਤਾਂ ਉੱਥੇ ਟੌਪਿਕ ਆਫ ਟਾਕ ਸਿੱਧੂ ਮੂਸੇ ਵਾਲਾ ਹੀ ਹੁੰਦਾ ਹੈ। ਟੌਪਿਕ ਟਾਕ ਦਾ ਸਿੱਧੂ ਵਿੱਚ ਮਹਿਫਲ ਦੇਣੀ ਹਾਂ।